ਜਿਹੜੇ ਡੇਰਾ ਮੁਖੀ ਰਾਮ ਰਹੀਮ ਨੇ, ਜਿਨ੍ਹਾਂ ਨੂੰ ਤੁਸੀਂ ਬਾਬਾ ਜੀ ਕਹਿੰਦੇ ਹੋ, ਪਿਛਲੇ 47 ਸਾਲਾਂ ਤੋਂ ਡੇਰੇ ਨਾਲ ਜੁੜੇ ਹੋਏ ਹੋ। ਬਹੁਤ ਹੀ ਐਸੀਆਂ ਘਟਨਾਵਾਂ ਹੋਈਆਂ, ਬਹੁਤ ਹੀ ਐਸੇ ਆਰੋਪ ਲੱਗੇ ਜਿਹਦੇ ਬਾਰੇ ਸਭ ਨੂੰ ਪਤਾ। ਮਹਿੰਦਰ ਸਿੰਘ ਬਿੱਟੂ ਦੀ ਉਹਨਾਂ ਦਾ ਕਤਲ ਹੋ ਜਾਂਦਾ ਹੈ, ਜਿਸ ਟਾਈਮ ਉਹ ਮੁਲਾਕਾਤ ਕਰਕੇ ਆ ਰਹੇ, ਉਹਨਾਂ ਦੀ ਸਕਿਉਰਿਟੀ ਕਿੱਥੇ ਸੀ, ਇੱਕ ਬਹੁਤ ਵੱਡਾ ਸਵਾਲ ਹੈ। ਦ੍ਰਿੜ ਵਿਸ਼ਵਾਸ ਹੈ ਜਾ ਕੇ, ਜਿਵੇਂ ਪਬਲਿਕ ਕਹਿੰਦੇ ਕਿ ਬਾਬਾ ਜੀ ਦੇ ਰਾਜਨੀਤਿਕ ਰਸੂਖ ਬੜਾ, ਰਾਜਨੀਤਿਕ ਰਸੂਖ ਉਹਨਾਂ ਦੁਬਾਰਾ ਲਿਆ। ਦੇਖੋ, ਬਾਬਾ ਜੀ ਦਾ ਕਦੇ ਇੰਟਰਸਟ ਨਹੀਂ ਰਿਹਾ ਰਾਜਨੀਤੀ 'ਚ। ਅਤੇ ਹਨੀਪ੍ਰੀਤ ਅਤੇ ਬਾਬੇ ਦੇ ਰਿਸ਼ਤੇ 'ਤੇ ਜਿੰਨੀਆਂ ਵੀ ਗੱਲਾਂ ਫੈਲੀਆਂ ਨੇ, ਇੱਕ ਬਾਪ ਬੇਟੀ ਦੇ ਰਿਸ਼ਤੇ ਨੂੰ ਐਂ ਤਾਰ ਤਾਰ ਕਰਨਾ ਬਹੁਤ ਮੰਦਭਾਗੀ ਗੱਲ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ। ਪੰਜਾਬ ਦੇ ਵਿੱਚ ਸਾਬਕਾ ਡਿਪਟੀ CM ਰਹਿ ਚੁੱਕੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਗਰ ਬਾਬੇ ਨੂੰ ਪਰੋਲ ਮਿਲ ਜਾਂਦੇ ਤਾਂ ਪੰਜਾਬ 'ਚ ਵੜਨ ਨਹੀਂ ਦੇਵਾਂਗੇ। ਕਿਸੇ ਟਾਈਮ ਤਾਂ ਉਹ ਬਾਬਾ ਜੀ ਦੇ ਨਾਲ ਹੁੰਦੇ ਆ, ਕਿਸੇ ਟਾਈਮ ਉਹ ਬਾਬਾ ਜੀ ਦੇ ਵਿਰੋਧੀ ਹੁੰਦੇ ਆ। ਮੈਨੂੰ ਉਹਨਾਂ ਦਾ ਕੋਈ ਸਟੈਂਡ ਹੀ ਨਹੀਂ ਲੱਗ ਰਿਹਾ, ਕੋਈ ਸਟੈਂਡ 'ਤੇ ਹੈ ਹੀ ਨਹੀਂ ਸੁਖਬੀਰ ਬਾਦਲ ਜੀ। ਬਾਬਾ ਜੀ ਬਿਲਕੁਲ ਸਾਫ਼ ਸੁਥਰੇ ਹੋ ਕੇ ਬਾਹਰ ਹੋਣਗੇ। ਨਮਸਕਾਰ ਦਰਸ਼ਕੋ, ਮੈਂ ਕਿਰਨ ਵਸਿਸ਼ਟ ਅੱਜ ਇੱਕ ਵਿਸ਼ੇਸ਼ ਚਰਚਾ ਲੈ ਕੇ ਹਾਜ਼ਰ ਹੋਇਆ, ਜੋ ਕਿ ਪੰਜਾਬ, ਹਰਿਆਣਾ ਜਾਂ ਪੂਰਾ ਭਾਰਤ ਕਹਿ ਲਈਏ, ਸਭ ਨਾਲ ਜੁੜਿਆ ਹੋਇਆ। ਸਾਡੇ ਵਿਸ਼ਵ ਵਿੱਚ ਵਸਣ ਵਾਲੇ ਸਾਰੇ ਭਾਰਤੀਆਂ ਦੇ ਮਨ ਵਿੱਚ ਇਸ ਖਬਰ ਦੇ ਨਾਲ ਭਾਵਨਾ ਜੁੜੀ ਹੋਈ ਹੈ, ਉਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਜਿਹਦੇ ਬਾਰੇ ਜਾਣਨ ਲਈ ਰੋਜ਼ਾਨਾ ਪੂਰੇ ਵਿਸ਼ਵ ਵਿੱਚ ਵਸਣ ਵਾਲੇ ਪੰਜਾਬੀ ਨੇ, ਭਾਰਤੀ ਨੇ ਜਾਂ ਹਰਿਆਣਵੀ ਨੇ, ਅਖਬਾਰਾਂ ਚੱਕਦੇ ਨੇ, ਮੋਬਾਈਲ ਤੱਕਦੇ ਨੇ ਜਾਂ TV ਚੈਨਲ ਤੱਕਦੇ ਨੇ। ਜੀ ਹਾਂ, ਬਿਲਕੁਲ, ਗੱਲ ਕਰਨ ਜਾ ਰਿਹਾ ਮੈਂ ਸਿਰਸੇ ਦੀ ਡੇਰਾ ਮੁਖੀ ਰਾਮ ਰਹੀਮ ਦੀ। ਇਹ ਨਾਮ ਦੁਬਾਰਾ ਤੋਂ ਚਰਚਾ ਵਿੱਚ ਆ ਰਿਹਾ, ਕਿਉਂਕਿ ਗੱਲਾਂ ਚੱਲ ਰਹੀਆਂ ਨੇ ਉਹਨਾਂ ਦੇ ਪੇਰੋਲ 'ਤੇ ਬਾਹਰ ਆਉਣ ਦੀਆਂ। ਪੇਰੋਲ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਪਟਿਆਲਾ ਦੇ ਨਜ਼ਦੀਕ ਨਾਭਾ ਦੇ ਵਿੱਚ ਮਹਿੰਦਰ ਸਿੰਘ ਬਿੱਟੂ ਦੇ ਕਤਲ ਤੋਂ ਬਾਅਦ ਜਿਹੜੇ ਰਾਜਨੀਤਿਕ ਗਲਿਆਰੇ ਨੇ ਹੋਰ ਜ਼ਿਆਦਾ ਤੇਜ਼ ਹੋ ਗਏ ਨੇ। ਇਹ ਸਾਰੇ ਦੇ ਉੱਪਰ ਚਰਚਾ ਕਰਨ ਲਈ ਅਸੀਂ ਖੁਦ ਸਿਰਸਾ ਪਹੁੰਚੇ ਹਾਂ। ਸਿਰਸਾ ਦੇ ਵਿੱਚ ਹਰਪਾਲ ਸੂਰਿਆ ਜੀ ਸਾਡੇ ਨਾਲ, ਜੋ ਕਿ ਪਿਛਲੇ 47 ਸਾਲਾਂ ਤੋਂ ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਨੇ। ਤੁਹਾਡਾ ਸਵਾਗਤ ਹੈ ਜੀ ਆਪਣਾ ਪੰਜਾਬ 'ਤੇ। ਬਹੁਤ ਮਿਹਰਬਾਨੀ ਜੀ। ਹਰਪਾਲ ਜੀ, ਤੁਸੀਂ ਪਿਛਲੇ 47 ਸਾਲਾਂ ਤੋਂ ਡੇਰੇ ਨਾਲ ਜੁੜੇ ਹੋਏ ਹੋ ਜੀ। ਬਹੁਤ ਹੀ ਐਸੀਆਂ ਘਟਨਾਵਾਂ ਹੋਈਆਂ, ਬਹੁਤ ਹੀ ਐਸੇ ਆਰੋਪ ਲੱਗੇ ਜਿਹਦੇ ਬਾਰੇ ਸਭ ਨੂੰ ਪਤਾ। ਅਤੇ ਹੁਣ ਜੇ ਸਿੱਧੀ ਗੱਲ ਕਰਾਂ ਮੈਂ ਮਹਿੰਦਰ ਸਿੰਘ ਬਿੱਟੂ ਦੀ, ਨਾਭਾ ਜੇਲ੍ਹ ਦੇ ਵਿੱਚ ਬੇਅਦਬੀ ਮਾਮਲੇ 'ਚ ਸਾਜ਼ਿਸ਼ਕਰਤਾ ਦੇ ਤੌਰ ਦੇ ਉੱਪਰ ਉਹਨਾਂ ਨੂੰ ਰੱਖਿਆ ਗਿਆ ਸੀਗਾ। ਉਹਨਾਂ ਦਾ ਮੌਤ ਹੋ ਜਾਂਦੀ ਹੈ, ਉਹਨਾਂ ਦਾ ਕਤਲ ਹੋ ਜਾਂਦਾ ਹੈ, ਉਹਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਸ ਤਰ੍ਹਾਂ ਹੈ, ਇਹ ਜੋ ਇੱਕ ਛੜਿਅੰਤਰ ਦੇ ਤਹਿਤ ਹੋਇਆ ਕਤਲ ਹੈ, ਕਿਉਂਕਿ ਉਹਨਾਂ ਨੂੰ ਸਪੈਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਗਈ ਸੀਗੀ। ਜਿਸ ਟਾਈਮ ਉਹ ਮੁਲਾਕਾਤ ਕਰਕੇ ਆ ਰਿਹਾ, ਉਹਨਾਂ ਦੀ ਸਿਕਿਉਰਿਟੀ ਕਿੱਥੇ ਸੀ, ਇੱਕ ਬਹੁਤ ਵੱਡਾ ਸਵਾਲ ਹੈ। ਇਹਦੇ ਵਿੱਚ ਹੋ ਸਕਦਾ ਜੇਲ੍ਹ ਪ੍ਰਸ਼ਾਸਨ ਦਾ ਤਾਂ ਹੱਥ ਹੈ ਹੀ ਹੈ, ਕਿਉਂਕਿ ਤੁਰੰਤ ਪ੍ਰਭਾਵ ਤੋਂ ਜਿਹੜੇ ਕੁਛ ਅਧਿਕਾਰੀ ਉਹ ਸਸਪੈਂਡ ਕੀਤੇ ਗਏ ਹੈ, ਅਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਬੇਟਾ ਵੀ ਇਹ ਆਰੋਪ ਲਗਾ ਰਹੇ ਹੈ, ਇਹਦੀ ਤਾਂ ਜਾਂਚ ਬਣਦੀ ਹੈ।
ਜਾਂਚ ਬਣਦੀ ਹੈ ਉਹਨਾਂ ਦੇ ਬੇਟੇ ਨੇ ਆਰੋਪ ਲਗਾਇਆ। ਕੁਛ ਸਮਾਂ ਪਹਿਲਾਂ ਉਹਨਾਂ ਨੇ ADGP ਜੇਲ੍ਹ ਨੂੰ ਵੀ ਲੈਟਰ ਲਿਖਿਆ ਸੀ ਕਿ ਜਾਨ ਨੂੰ ਖਤਰਾ ਹੈਗਾ। ਇੱਦਾਂ ਦੇ ਅੰਦੇਸ਼ੇ ਉਹਨਾਂ ਨੂੰ ਪਹਿਲਾਂ ਹੀ ਹੋ ਗਏ ਸੀਗੇ। ਇਹਦੇ ਵਿੱਚ ਕਿਹੜੇ ਤੱਥ ਲੱਗਦੇ ਨੇ ਜੀ? ਅੰਦੇਸ਼ਾ ਸੀਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਨੇ ਕਤਲ ਕੀਤਾ ਉਹ ਕੋਈ ਉਹਨਾਂ ਦੀ ਕੋਈ ਜਾਤੀ ਦੁਸ਼ਮਣੀ ਸੀਗੀ। ਉਹਨਾਂ ਤੋਂ ਕਤਲ ਕਰਵਾਇਆ ਗਿਆ ਹੈ ਕਿਉਂਕਿ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਮੈਂ ਟੀਵੀਆਂ 'ਤੇ ਵੀ ਵੇਖਿਆ ਅਤੇ ਮੈਂ ਵੈਸੇ ਵੀ ਆਪਦੇ ਜਾਣਕਾਰ ਸੂਤਰਾਂ ਤੋਂ ਪਤਾ ਲਵਾਇਆ ਕਿ ਉਹ ਬੇਹੱਦ ਗਰੀਬ ਲੋਕ ਸੀਗੇ। ਉਹਨਾਂ ਦਾ ਮੈਨੂੰ ਨਹੀਂ ਲੱਗਦਾ ਬਿੱਟੂ ਜੀ ਨਾਲ ਕੋਈ ਉਹਨਾਂ ਦੀ ਕੋਈ ਜਾਤੀ ਰੰਜਿਸ਼ ਸੀਗੀ, ਜਿਹਦੇ ਕਰਕੇ ਉਹਨਾਂ ਨੇ ਨਾ ਉਹ ਕੋਈ ਇਸ ਤਰ੍ਹਾਂ ਦੀ ਗੱਲ ਸੀ ਕਿ ਉਹ ਬਹੁਤ ਜ਼ਿਆਦਾ ਗੁਰੂ ਘਰ ਨੂੰ ਮੰਨਣ ਵਾਲੇ ਸੀਗੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸੀ, ਕਿਉਂਕਿ ਉਹਨਾਂ ਦਾ ਪਰਿਵਾਰ ਇਸ ਗੱਲ ਨੂੰ ਨਕਾਰ ਰਿਹਾ ਔਰ ਜਥੇਬੰਦੀਆਂ ਨੂੰ ਉਹ ਰੋਕ ਰਿਹਾ ਕਿ ਸਾਡੇ ਇੱਥੇ ਨਾ ਆਉਣ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਇੱਕ ਸੋਚੀ ਸਮਝੀ ਔਰ ਇੱਕ ਇਹਦੇ ਪਿੱਛੇ ਬਹੁਤ ਵੱਡੀ ਇੱਕ ਚਾਲ ਨਿਕਲੂਗੀ, ਇੱਕ ਛੜਯੰਤਰ ਹੈ। ਇਹ ਸਿਰਫ ਪਰੋਲ, ਬਾਬਾ ਜੀ ਦੀ ਪਰੋਲ ਦੇ ਜਦੋਂ ਮੁੱਦਾ ਉੱਠਿਆ ਉਸੇ ਟਾਈਮ ਇਹ ਹੋਣਾ ਬਹੁਤ ਵੱਡੀ ਇੱਕ ਜਿਹੜੀ ਹੈ ਸਾਜਿਸ਼ ਨੂੰ ਇੱਕ ਸੰਕੇਤ ਹੈ ਇਹ। ਹਰਪਾਲ ਜੀ, ਤੁਸੀਂ ਕਹਿ ਰਹੇ ਹੋ ਕਿ ਸਾਜਿਸ਼ ਨੂੰ ਸੰਕੇਤ ਹੈ, ਲੇਕਿਨ ਸਿੱਖ ਜਥੇਬੰਦੀਆਂ ਇਸ ਨੂੰ ਧਰਮ ਨਾਲ ਜੋੜ ਕੇ ਚੱਲ ਰਹੀਆਂ ਨੇ। ਜੋ ਆਰੋਪ ਮਹਿੰਦਰ ਸਿੰਘ ਬਿੱਟੂ 'ਤੇ ਲੱਗੇ ਸੀਗੇ ਉਹ ਸਭ ਨੂੰ ਪਤਾ ਕਿ ਬੇਅਦਬੀ ਮਾਮਲਾ ਸੀ ਜਿਹੜਾ ਬਰਗਾੜੀ ਦੇ ਵਿੱਚ ਹੋਇਆ ਸੀਗਾ, ਅਤੇ 2010 ਦੇ ਵਿੱਚ ਵੀ ਉਹਨਾਂ ਦੇ ਉੱਪਰ ਹਿੰਸਾ ਫੈਲਾਉਣ ਦਾ ਜਿਹੜਾ ਆਰੋਪ ਲੱਗਿਆ ਸੀਗਾ ਜੋ ਕਿ ਮੋਗਾ ਦੇ ਵਿੱਚ ਹੋਇਆ ਸੀ, ਤੁਹਾਨੂੰ ਯਾਦ ਹੋਏਗਾ, ਉਹ ਸਾਰੇ ਆਰੋਪ ਉਹਨਾਂ ਦੇ ਉੱਪਰ ਸੀਗੇ। ਅਗਰ ਐਸੀ ਪ੍ਰਵਿਰਤੀ ਦੇ ਸੀਗੇ ਮਹਿੰਦਰ ਸਿੰਘ ਬਿੱਟੂ ਜੀ ਤਾਂ ਫਿਰ ਉਹਨਾਂ ਬਾਰੇ ਡੇਰਾ ਵੱਲੋਂ ਸੰਗਿਆਨ ਕਿਉਂ ਨਹੀਂ ਦਿੱਤਾ ਗਿਆ, ਉਹਨਾਂ ਨੂੰ 45 ਮੈਂਬਰੀ ਕਮੇਟੀ ਦੇ ਵਿੱਚ ਮੁੱਖ ਰੱਖਿਆ ਗਿਆ ਸੀਗਾ? ਨਹੀਂ, ਇਹੋ ਜਿਹਾ ਕੋਈ ਉਹਨਾਂ ਦਾ ਬਹੁਤ ਵਧੀਆ ਆਚਰਣ ਸੀਗਾ, ਬਹੁਤ ਵਧੀਆ ਉਹਨਾਂ ਦਾ ਇੱਕ ਸਿਸਟਮ ਸੀਗਾ, ਇੱਕ ਸਮਾਜ ਸੇਵੀ ਬੰਦੇ ਸੀਗੇ। ਨਾ ਉਹਨਾਂ ਨੇ ਕਦੇ ਕੋਈ, ਠੀਕ ਹੈ ਕੋਈ ਕਿਸੇ ਦੀਆਂ ਭਾਵਨਾ 'ਤੇ ਜਦੋਂ ਠੇਸ ਲੱਗਦੀ ਹੈ ਤਾਂ ਉਹ ਇੱਕ ਸਾਧ ਸੰਗਤ ਹੁੰਦੀ ਹੈ ਜਦੋਂ ਕੋਈ ਉਬਾਲਾ ਖਾ ਜਾਂਦਾ ਖੂਨ, ਬਾਕੀ ਉਹਨਾਂ ਦਾ ਕੋਈ ਇਹੋ ਜਿਹਾ ਸਿਸਟਮ ਨਹੀਂ ਰਿਹਾ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਕਿ ਉਹ ਕੋਈ ਗਲਤ ਐਕਟੀਵਿਟੀਆਂ 'ਚ ਸ਼ਾਮਿਲ ਸਨ। ਇਹੋ ਜਿਹਾ ਉਹਨਾਂ ਦਾ ਕੋਈ ਸਿਸਟਮ ਨਹੀਂ ਸੀਗਾ। ਅਤੇ ਇਹ ਤਾਂ ਮਹਿੰਦਰ ਸਿੰਘ ਬਿੱਟੂ ਜੀ ਦੀ ਗੱਲ ਰਹੀ, ਉਹ ਹੁਣ ਨਹੀਂ ਰਹੇ ਹੈਗੇ, ਅਤੇ ਇਸ ਤੋਂ ਬਾਅਦ ਸਰਕਾਰ ਨੂੰ ਇਹ ਚੇਤਾਵਨੀ ਸਿੱਧੇ ਤੌਰ 'ਤੇ ਦਿੱਤੀ ਗਈ ਕਿ ਅਸੀਂ ਮਹਿੰਦਰ ਸਿੰਘ ਬਿੱਟੂ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕਰਾਂਗੇ ਜਦੋਂ ਤੱਕ ਉਹਨਾਂ ਦੇ ਖਿਲਾਫ਼ ਮਾਮਲਾ ਦਰਜ ਨਹੀਂ ਹੋ ਜਾਂਦਾ ਕਤਲ ਦਾ, ਜਾਂ ਹੋਰ ਜਿਹੜੀਆਂ ਮੰਗੀਆਂ ਗਈਆਂ ਉਹਨਾਂ ਦੀ ਦੇਹ ਰੱਖਣ ਦੀ ਧਮਕੀ ਦੇਣੀ ਪਈ, ਉਹ ਆਖਿਰਕਾਰ ਕਿਉਂ ਦੇਣੀ ਪਈ? ਦੇਖੋ ਜੀ, ਉਹ ਤਾਂ ਅਧਿਕਾਰ ਸੀ ਅਗਲਿਆਂ ਦਾ ਉਹਨਾਂ ਨੂੰ, ਔਰ ਮੈਂ ਸਾਧ ਸੰਗਤ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਉਹਨਾਂ ਦਾ ਉਸ ਪਰਿਵਾਰ ਦਾ ਸਾਥ ਦਿੱਤਾ। ਇੱਕ ਬੰਦੇ ਦਾ ਸ਼ਰਿਆਮ ਕਤਲ ਹੋ ਜਾਂਦਾ, ਕੁੱਟ ਕੇ ਮਾਰਿਆ ਜਾਂਦਾ ਉਸ ਬੰਦੇ ਨੂੰ, ਤਾਂ ਉਸ 'ਤੇ ਕਾਰਵਾਈ ਤਾਂ ਦੇਖੋ ਹੋਣੀ ਚਾਹੀਦੀ ਸੀ। ਜੇ ਉਹਨਾਂ ਨੇ ਮੰਗ ਰੱਖੀ ਹੈ ਤਾਂ ਕੋਈ ਗਲਤ ਮੰਗ ਨਹੀਂ ਰੱਖੀ, ਕਿਉਂਕਿ ਦੁਨੀਆ ਆਮ ਆਪਾਂ ਦੇਖਦੇ ਹਾਂ ਜਦੋਂ ਉਹਨਾਂ ਦੀ ਕੋਈ ਨਹੀਂ ਡਿਮਾਂਡ ਪੂਰੀ ਹੁੰਦੀ ਤਾਂ ਸੜਕਾਂ 'ਤੇ ਉਤਰਦੇ ਹੈ, ਉਹਨਾਂ ਨੇ ਤਾਂ ਸ਼ਾਂਤੀ ਪਰ ਉਸੇ ਦਿਨ ਹੀ, ਹਜੇ ਇੱਕੋ ਹੀ ਦਿਨ ਹੋਇਆ ਸੀ, ਇੱਕ ਦਿਨ ਦੇ ਵਿੱਚ ਹੀ ਸਰਕਾਰਾਂ ਦੀ ਮਨਸ਼ਾ ਪਤਾ ਲੱਗ ਗਈ। ਨਾ ਹਰਿਆਣਾ ਸਰਕਾਰ 'ਤੇ ਭਰੋਸਾ ਹੁੰਦਾ ਡੇਰਾ ਪ੍ਰੇਮੀਆਂ ਨੂੰ ਅਤੇ ਨਾ ਪੰਜਾਬ ਸਰਕਾਰ 'ਤੇ ਹੁੰਦਾ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਸੀ। ਨੈਕਸਟ ਦਿਨ ਜਦੋਂ ਉਹਨਾਂ ਨੇ ਆਸ਼ਵਾਸਨ ਦਿੱਤੇ, ਨੈਕਸਟ ਡੇ ਉਹਨਾਂ ਦਾ ਜਿਹੜਾ ਸਭ ਕਹਿ ਰਹੇ ਨੇ ਵੀ ਇੱਕ ਦਿਨ ਦੇ ਵਿੱਚ ਸਾਨੂੰ ਆਸ਼ਵਾਸਨ ਲੈਣਾ ਪੈ ਗਿਆ, ਆਪਾਂ ਨੂੰ ਦੇਖਣਾ ਤਾਂ ਚਾਹੀਦਾ ਸੀ ਪੰਜਾਬ ਸਰਕਾਰ ਆਖਿਰਕਾਰ ਕਰਦੀ ਕੀ ਹੈ? ਦੇਖੋ, ਬਿਨਾਂ ਰੋਏ ਮਾਂ ਦੁੱਧ ਨਹੀਂ ਦਿੰਦੀ ਜੀ। ਮੈਨੂੰ ਨਹੀਂ ਲੱਗਦਾ ਸੀ ਵੀ ਉਸ 'ਤੇ ਕੋਈ ਐਕਸ਼ਨ ਹੋਣਾ ਸੀਗਾ, ਇੰਨੀ ਵੱਡੀ ਵਾਰਦਾਤ ਹੋ ਗਈ ਜੀ। ਉਦੋਂ ਪੰਜਾਬ ਸਰਕਾਰ ਕਿੱਥੇ ਸੀ? ਜਦੋਂ ਉਹਨਾਂ ਨੂੰ ਸਕਿਉਰਟੀ ਮਿਲੀ ਹੋਈ ਸੀ ਉਦੋਂ ਪ੍ਰਸ਼ਾਸਨ ਕਿੱਥੇ ਸੀ ਜੀ?
ਡਰ ਤੱਕ ਬੰਦ ਪੰਜਾਬ ਸਰਕਾਰ ਨੇ ਮੁਅੱਤਲ ਕੀਤੇ ਜੇਲਰ ਸਾਹਿਬ ਨੂੰ ਕੀਤਾ, ਹੋਰ ਜਿਹੜੇ ਡਿਊਟੀ ਦੇ ਨਾਲ ਸੀ ਤਿੰਨ ਲੋਕ ਮੁਅੱਤਲ ਕੀਤੇ ਨੇ। ਦੇਖੋ ਕਤਲ ਹੋਣ ਤੋਂ ਬਾਅਦ ਮੁਅੱਤਲ ਕੀਤੇ ਨਾ ਜੀ, ਉਸ ਤੋਂ ਪਹਿਲਾਂ ਉਹਨਾਂ ਦੀ ਸਿਕਿਉਰਟੀ ਦਾ ਕਿੱਥੇ ਗਿਆ ਸੀਗਾ ਸਾਰਾ ਸਿਸਟਮ? ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ, ਉਹਨਾਂ ਨੇ ਜਦੋਂ ਐਪਲੀਕੇਸ਼ਨਾਂ ਦੇ ਰੱਖੀਆਂ ਸੀ ਵੀ ਮੇਰੀ ਜਾਨ ਨੂੰ ਖਤਰਾ ਹੈ, ਉਹਨਾਂ ਨੂੰ ਅਲੱਗ ਸਿਕਿਉਰਟੀ ਅਲੱਗ ਜੇਲ੍ਹ 'ਚ ਰੱਖਣਾ ਚਾਹੀਦਾ ਸੀਗਾ। ਜ਼ਰੂਰੀ ਤਾਂ ਨਹੀਂ ਵੀ ਉਹ ਉਸੇ ਜੇਲ੍ਹ 'ਚ ਹੀ ਰੱਖਣਾ ਸੀਗਾ ਜਿੱਥੇ ਦੁਨੀਆ ਭਰ ਦੇ ਗੁੰਡਾ ਤੱਤ ਉੱਥੇ ਅੰਦਰ ਨੇ। ਜੇਕਰ ਗੱਲ ਕਰੀਏ ਮਹਿੰਦਰ ਸਿੰਘ ਬਿੱਟੂ ਦੀ ਮੌਤ ਬਾਰੇ, ਆਪਾਂ ਗੱਲਬਾਤ ਕੀਤੀ ਹੈ, ਜਿਹੜੇ ਤੁਹਾਡੇ ਵਿਲੇਮ ਸੀ ਤੁਸੀਂ ਉਹ ਵੀ ਦੱਸੇ ਹੈਗੇ ਨੇ, ਲੇਕਿਨ ਸਾਰੀ ਗੱਲ ਮੁੜ ਕੇ ਉੱਥੇ ਆ ਖੜਾਉਂਦੀ ਹੈ ਕਿ ਜਿਹੜੇ ਡੇਰਾ ਮੁਖੀ ਰਾਮ ਰਹੀਮ ਨੇ, ਜਿਹਨਾਂ ਨੂੰ ਤੁਸੀਂ ਬਾਬਾ ਜੀ ਕਹਿੰਦੇ ਹੋ ਅਤੇ ਲੋਕ ਰਾਮ ਰਹੀਮ ਕਹਿੰਦੇ ਨੇ, ਹੋਰ ਆਰੋਪੀ ਉਹਨਾਂ 'ਤੇ ਲੱਗੇ ਨੇ ਉਹ ਵੀ ਲਿੱਤੇ ਜਾਂਦੇ ਨੇ, ਉਹਨਾਂ ਦੀ ਪੈਰੋਲ ਦੀ ਜਿਹੜੀ ਗੱਲ ਹੈ ਉਹ ਲਗਾਤਾਰ ਚੱਲਦੀ ਆ ਰਹੀ ਹੈ, ਅਤੇ ਇਹ ਪੈਰੋਲ ਵਾਸਤੇ ਤੁਸੀਂ ਸਰਕਾਰਾਂ ਤੋਂ ਉਮੀਦ ਰੱਖਦੇ ਹੋ ਜਾਂ ਮਾਣਯੋਗ ਅਦਾਲਤ ਤੋਂ ਰੱਖਦੇ ਹੋ? ਦੇਖੋ ਜੀ, ਹਰੇਕ ਕੈਦੀ ਦਾ ਇੱਕ ਅਧਿਕਾਰ ਹੈ ਕਿ ਜਦੋਂ ਸਜ਼ਾ ਹਫ਼ਤਾ ਹੋ ਜਾਂਦਾ ਹੈ, ਉਹ ਕੁਛ ਪੀਰੀਅਡ ਗੁਜ਼ਰਨ ਤੋਂ ਬਾਅਦ ਜੇ ਉਹਨੂੰ ਕੋਈ ਕੰਮ ਹੈ ਤਾਂ ਉਸ 'ਤੇ ਉਹ ਪੈਰੋਲ ਲੈ ਮੰਗ ਸਕਦਾ ਹੈ। ਇਹ ਅਧਿਕਾਰ ਹੈ ਔਰ ਲੋਕ ਇਸ ਅਧਿਕਾਰ ਦਾ ਪ੍ਰਯੋਗ ਕਰਕੇ ਬਾਹਰ ਵੀ ਆਉਂਦੇ ਹੈ, ਅਤੇ ਸਰਕਾਰ ਦਾ ਇਸ 'ਚ ਕੋਈ ਰੋਲ ਨਹੀਂ ਮੈਂ ਮੰਨਦਾ। ਸਰਕਾਰ ਜਾਂ ਤਾਂ ਇਸ 'ਚ ਪ੍ਰਸ਼ਾਸਨ ਜਾਂ ਮਾਨਯ ਅਦਾਲਤ ਹੈ। ਅਤੇ ਜੇਲ੍ਹ ਪ੍ਰਸ਼ਾਸਨ ਨੇ ਕੁਛ ਤਾਂ ਮਾਣਯੋਗ ਅਦਾਲਤ 'ਚ ਦੱਸਿਆ ਕਿ ਇਹਨਾਂ ਦਾ ਜਿਹੜਾ ਹੈਗਾ ਆਚਰਣ ਅੰਦਰ ਕੈਦ ਵਿੱਚ ਕਿੱਦਾਂ ਦਾ ਹੈਗਾ, ਇਹਨਾਂ ਨੂੰ ਪੈਰੋਲ ਮਿਲਣੀ ਚਾਹੀਦੀ ਆ ਜਾਂ ਨਹੀਂ ਮਿਲਣੀ ਚਾਹੀਦੀ, ਕੋਈ ਰਿਪੋਰਟ ਤਾਂ ਬਣਾਈ ਹੋਏਗੀ? ਬਿਲਕੁਲ, ਜੇਲ੍ਹ ਪ੍ਰਸ਼ਾਸਨ ਨੇ ਇਹ ਸਪਸ਼ਟ ਤੌਰ 'ਤੇ ਕਿਹਾ ਕਿ ਇਹਨਾਂ ਦਾ ਜੋ 2 ਸਾਲ ਦਾ ਇਹਨਾਂ ਨੂੰ ਸਮਾਂ ਆਪਦੀ ਇਹਨਾਂ ਦੀ ਗੁਜ਼ਰੀ ਹੈ, ਉਹ ਇਹਨਾਂ ਦਾ ਆਚਰਣ ਬਹੁਤ ਵਧੀਆ ਸੀ, ਆਮ ਕੈਦੀਆਂ ਨਾਲ ਬਹੁਤ ਪਿਆਰ ਸੀ, ਮੁਹੱਬਤ ਸੀ ਔਰ ਅੱਛੇ ਉੱਥੇ ਨਈ ਟੈਕਨੀਕਾਂ ਅਪਣਾ ਕੇ ਅੱਛਾ ਕੰਮ ਕੀਤਾ, ਉੱਥੇ ਅੱਛੀ ਖੇਤੀਬਾੜੀ ਅੱਛੀ ਉਪਜ ਲਈ ਫਲਾਂ ਦੀ ਸਬਜ਼ੀਆਂ ਦੀ। ਤਾਂ ਜੇਲ੍ਹ ਪ੍ਰਸ਼ਾਸਨ ਨੂੰ ਤਾਂ ਜਿੱਥੇ ਤੱਕ ਮੈਨੂੰ ਲੱਗਦਾ ਵੀ ਉਹਨਾਂ ਨੂੰ ਕੋਈ ਆਪੱਤੀ ਨਹੀਂ ਹੈ। ਇੱਕ ਬੜੀ ਸੋਸ਼ਲ ਮੀਡੀਆ ਉੱਪਰ ਵੀ ਆਮ ਲੋਕਾਂ ਵਿੱਚ ਵੀ ਇੱਕ ਬੜੀ ਗੱਲ ਫੈਲਦੀ ਹੈ ਕਿ ਜਿਹੜੇ ਡੇਰਾ ਪ੍ਰੇਮੀ ਨੇ ਉਹ ਸਲਾਰੀਆ ਜੇਲ੍ਹ ਨੂੰ ਸਲਾਰੀਆ ਜੇਲ੍ਹ ਨਾਲ ਸਲਾਰੀਆ ਧਾਮ ਕਰਕੇ ਪੁਕਾਰਨ ਲੱਗ ਗਏ ਕਿ ਉੱਥੇ ਅੰਦਰ ਵੀ ਸਤਸੰਗ ਚੱਲਦਾ ਸੀ ਬਾਬੇ ਦਾ। ਨਹੀਂ, ਇਹ ਆਪਦੀ ਧਾਰਨਾ, ਆਪਦੇ ਵਿਚਾਰ ਹੈ, ਮੇਰਾ ਇਹੋ ਜਿਹਾ ਕੁਛ ਵੀ ਮੰਨਣਾ ਨਹੀਂ, ਨਾ ਮੇਰਾ ਇਸ 'ਤੇ ਕੋਈ ਟੀਕਾ ਟਿੱਪਣੀ ਕਰਨ ਦਾ, ਹਰੇਕ ਬੰਦੇ ਦਾ ਆਪਦਾ ਸੋਚ ਹੈ। ਸੁਨਾਰੀਆ ਜੇਲ੍ਹ ਤਾਂ ਸੁਨਾਰੀਆ ਜੇਲ੍ਹ ਹੈ ਜੀ, ਕੋਈ ਉਹਨੂੰ ਧਾਮ ਦੀ ਕੋਈ ਉੱਥੇ ਸਤਸੰਗ ਦੀ ਨਹੀਂ। ਹਾਂ, ਉੱਥੇ ਚੰਗੀ ਜਿਹੜੇ ਉਹਨਾਂ ਨਾਲ ਬਾਬਾ ਜੀ ਨਾਲ ਲੋਕ ਜੁੜੇ ਹੈ, ਉਹਨਾਂ ਨੂੰ ਜੇ ਚੰਗੀ ਸਿੱਖਿਆ ਦਿੰਦੇ ਆ ਤਾਂ ਉਹ ਨਾਲ ਜੁੜ ਗਏ, ਕਿਉਂਕਿ ਪਹਿਲਾਂ ਸੁਣਨ 'ਚ ਆਇਆ ਸੀ ਵੀ ਬਾਬਾ ਜੀ ਦੇ ਖਿਲਾਫ਼ ਹੈ ਜੇਲ੍ਹ ਦੇ ਵਿੱਚ ਬਹੁਤ ਸਾਰੇ ਲੋਕ ਜੋ ਉੱਥੇ ਬੰਦੀ ਹੈ ਜਾਂ ਜੋ ਉੱਥੇ ਹਵਾਲਾਤੀ ਹੈ। ਲੇਕਿਨ ਉਹਨਾਂ ਦਾ ਜਦੋਂ ਉਹਨਾਂ ਦਾ ਸਿਸਟਮ ਦੇਖਿਆ, ਉਹਨਾਂ ਦਾ ਆਚਰਣ ਦੇਖਿਆ ਤਾਂ ਲੋਕ ਉਹਨਾਂ ਨਾਲ ਜੁੜ ਗਏ, ਤਾਂ ਉੱਥੇ ਉਹ ਪ੍ਰਵਚਨ ਕਰਦੇ ਆ ਜਾਂ ਕੀ ਕਰਦੇ ਆ ਇਸ ਬਾਰੇ ਤਾਂ ਸਾਨੂੰ ਜਾਣਕਾਰੀ ਨਹੀਂ ਹੈ, ਲੇਕਿਨ ਅੱਛੇ ਸੰਦੇਸ਼ ਹੀ ਦਿੰਦੇ ਆ ਕਿਉਂਕਿ ਬਾਹਰ ਵੀ ਉਹ ਅੱਛੇ ਸੰਦੇਸ਼ ਦਿੰਦੇ ਰਹੇ ਹੈ। ਜਿੰਨਾ ਸਮਾਂ ਬਾਬਾ ਜੀ ਨੇ ਹੁਣ ਤੱਕ ਹਾਲੇ ਵੀ ਜੇਲ੍ਹ 'ਚ ਨੇ ਅੰਦਰ ਗੁਜ਼ਾਰਿਆ, ਤੁਸੀਂ ਕਦੀ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ? ਨਹੀਂ ਜੀ, ਇਹ ਸੰਭਵ ਨਹੀਂ ਸੀਗਾ ਕਿਉਂਕਿ ਕੁਛ ਬੰਦਿਆਂ ਦੇ ਨਾਂ ਦਿੱਤੇ ਹੋਏ ਆ ਬਾਬਾ ਜੀ ਨੇ, ਉਹੀ ਉਹਨਾਂ ਨੂੰ ਮਿਲ ਸਕਦੇ ਹੈ, ਅਤੇ ਆਮ ਬੰਦੇ ਨੂੰ ਮਿਲਣ ਦੀ ਉੱਥੇ ਅਨੁਮਤੀ ਨਹੀਂ ਹੈ, ਅਤੇ ਨਾ ਹੀ ਅਸੀਂ ਕੋਸ਼ਿਸ਼ ਕੀਤੀ, ਕਿਉਂਕਿ ਦੇਖੋ ਇੱਕ ਪ੍ਰਕਿਰਿਆ ਹੈ, ਉਸ ਤੋਂ ਗੁਜ਼ਰਨ ਤੋਂ ਬਾਅਦ ਤਾਂ ਕੋਈ ਚਾਹੇ ਅਦਾਲਤ ਹੈ ਚਾਹੇ ਜੇਲ੍ਹ ਪ੍ਰਸ਼ਾਸਨ ਹੈ ਉਹ ਨਹੀਂ ਰੱਖ ਸਕਦਾ। ਹਾਂ, ਅਧਿਕਾਰ ਹੈ ਉਹਨਾਂ ਨੂੰ, ਉਹਨਾਂ ਦੀ ਸਮੇਂ ਆਪਦੀ 2 ਸਾਲ ਪੂਰੇ ਹੋਏ ਆ, ਉਸ ਤੋਂ ਬਾਅਦ ਉਹਨਾਂ ਨੇ ਆਪਦੀ ਖੇਤੀਬਾੜੀ ਵਾਸਤੇ 42 ਦਿਨਾਂ ਦੀ ਜੇ ਪੈਰੋਲ ਮੰਗੀ ਹੈ ਤਾਂ ਉਹ ਮਿਲਣੀ ਚਾਹੀਦੀ ਹੈ, ਕੋਈ ਇਸ 'ਚ ਜ਼ਿਆਦਾ ਸੋਚਣ ਵਾਲੀ ਕਿੰਤੂ ਪਰੰਤੂ ਵਾਲੀ ਗੱਲ ਮੈਨੂੰ ਨਹੀਂ ਲੱਗਦੀ।
ਚਲੋ ਇਹ ਤਾਂ ਮਾਣਯੋਗ ਅਦਾਲਤ ਦੇ ਹੱਥ ਹੈ ਕਿ ਇਸ ਪਰੋਲ ਦੇ ਉੱਪਰ ਉਹ ਕਿਸ ਤਰ੍ਹਾਂ ਦਾ ਵਿਚਾਰ ਕਰਦੇ ਨੇ, ਲੇਕਿਨ ਤੁਸੀਂ ਵੀ ਅਤੇ ਤੁਹਾਡੇ ਪਿਤਾ ਜੀ ਵੀ ਡੇਰੇ ਨਾਲ ਜੁੜੇ ਹੋਏ ਹੋ, ਤੁਸੀਂ ਡੇਰੇ 'ਚ ਲਗਾਤਾਰ ਜਾ ਰਹੇ ਹੋ, ਸ਼ਾਹ ਸਤਨਾਮ ਜੀ ਵੇਲੇ ਵੀ ਤੁਸੀਂ ਜਾਂਦੇ ਰਹੇ ਹੋਣੇ ਆ। ਜੇਕਰ ਗੱਲ ਕਰੀਏ ਕਿ ਤੁਸੀਂ ਗੱਲ ਹੁਣ ਕੀਤੀ ਕਿ ਡੇਰੇ ਦੇ ਜਿਹੜੇ ਮੁਖੀ ਨੇ ਜੇਲ੍ਹ ਦੇ ਵਿੱਚ ਵੀ ਚੰਗੇ ਕੰਮ ਕਰ ਰਹੇ ਨੇ, ਅੱਛਾ ਉਹਨਾਂ ਦਾ ਵਿਹਾਰ ਹੈ, ਲੋਕਾਂ ਨੂੰ ਚੰਗੀ ਸਿੱਖਿਆ ਦੇ ਰਹੇ ਨੇ, ਇੰਨੀ ਚੰਗੀ ਸਿੱਖਿਆ ਦੇਣ ਦੇ ਬਾਵਜੂਦ ਉਹਨਾਂ ਉੱਪਰ ਜਿਹੜੇ ਆਰੋਪ ਲੱਗੇ ਉਹ ਆਰੋਪ ਮਾਣਯੋਗ ਅਦਾਲਤ 'ਚ ਸਿੱਧ ਵੀ ਹੋਏ, ਫਿਰ ਵੀ ਡੇਰਾ ਪ੍ਰੇਮੀਆਂ ਦਾ ਉਹਨਾਂ ਉੱਪਰ ਵਿਸ਼ਵਾਸ ਹੈ? ਇਹ ਕਿਹੜੀ ਤਾਰ ਹੈ ਜਾਂ ਕਿਹੜੀ ਗੱਲ ਹੈ ਜਿਹਦੇ ਕਰਕੇ ਡੇਰਾ ਪ੍ਰੇਮੀ ਉਹਨਾਂ ਬਾਰੇ ਗੱਲ ਨਹੀਂ ਕਰਦੇ ਜਾਂ ਉਹਨਾਂ ਬਾਰੇ ਸੋਚਦੇ ਜ਼ਿਆਦਾ ਨਹੀਂ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਦੋਸ਼ ਉਹਨਾਂ 'ਤੇ ਲੱਗੇ ਹੈ, ਸਿੱਧ ਹੋਏ ਹੈ, ਲੇਕਿਨ ਉਹਨਾਂ ਨੂੰ ਐਕਸੈਪਟ ਜੋ ਹੈ, ਜੋ ਆਪਣੇ ਇੱਕ ਟੀਮ ਬਣੀ ਹੋਈ ਹੈ ਉਹ ਐਕਸੈਪਟ ਨਹੀਂ ਕੀਤਾ ਗਿਆ। ਉਸ 'ਤੇ ਰਿੱਟ ਲਾਈ ਹੋਈ ਹੈ ਕਿ ਇਹ ਕੇਸਾਂ 'ਚ ਜੋ ਸਜ਼ਾ ਹੋਈ ਹੈ ਉਹ ਗਲਤ ਹੋਈ ਹੈ, ਇਹਨਾਂ ਨੂੰ ਦੁਬਾਰਾ ਖੋਲ੍ਹਿਆ ਜਾਵੇ, ਇਹਨਾਂ ਦੀ ਜਾਂਚ ਹੋਵੇ। ਅਤੇ ਮੈਨੂੰ ਨਹੀਂ ਲੱਗਦਾ ਵੀ ਅਗਰ ਇਹਨਾਂ ਦੀ ਨਿਸ਼ਪਕਸ਼ ਜਾਂਚ ਹੁੰਦੀ ਹੈ ਤਾਂ ਉਹ ਸਹੀ ਸਾਬਤ ਹੋਣਗੇ, ਕਿਉਂਕਿ ਬਾਬਾ ਜੀ ਨੇ ਕਦੇ ਗਲਤ ਕੰਮ ਨਾ ਤਾਂ ਆਪਦੀ ਸਾਧ ਸੰਗਤ ਨੂੰ ਕੋਈ ਸੰਦੇਸ਼ ਦਿੰਦੇ ਸੀ, ਆਪ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਤੁਸੀਂ ਕਹਿ ਰਹੇ ਕਿ ਬਾਬਾ ਜੀ ਨੇ ਕੋਈ ਗਲਤ ਕੰਮ ਨਹੀਂ ਕੀਤੇ, ਸਿੱਧ ਹੋਣ ਦੇ ਬਾਵਜੂਦ ਵੀ ਆਪਣੇ ਤੋਂ ਇਸ ਤਰ੍ਹਾਂ ਕਿੰਨਾ ਕੁ ਵਿਸ਼ਵਾਸ ਤੁਹਾਡਾ ਜਿਹੜਾ ਹੈਗਾ ਤੁਸੀਂ ਮੰਨ ਰਹੇ ਹੋ? ਤੁਸੀਂ ਰਿੱਟ ਲਾਉਣ ਦੀ ਗੱਲ ਕੀਤੀ ਹੈ, 2 ਸਾਲ ਹੋ ਗਏ, ਰਿੱਟ ਕਿੱਥੇ ਪਹੁੰਚੀ ਹੈ? ਦੇਖੋ, ਨਿਆਇਕ ਪ੍ਰਣਾਲੀ ਜਿਹੜੀ ਹੈ ਆਪਣੀ ਥੋੜ੍ਹੀ ਸਲੋ ਹੈ, ਲੇਕਿਨ ਇਹ ਕੇਸ ਦੁਬਾਰਾ ਖੁੱਲ੍ਹਣਗੇ। ਇਹ ਲੱਖਾਂ ਨਹੀਂ ਕਰੋੜਾਂ ਲੋਕਾਂ ਦਾ ਵਿਸ਼ਵਾਸ ਹੈ, ਔਰ ਬਾਬਾ ਜੀ ਇੱਕ ਦਿਨ ਬਿਲਕੁਲ ਸਾਫ਼ ਸੁਥਰੇ ਹੋ ਕੇ ਬਾਹਰ ਹੋਣਗੇ। ਇਹ ਸਭ ਦੇ ਸਾਹਮਣੇ, ਸਾਰੇ ਸੰਸਾਰ ਦੇ ਸਾਹਮਣੇ ਆਊਗੀ ਗੱਲ। ਇਹ ਸਾਡਾ ਦ੍ਰਿੜ ਵਿਸ਼ਵਾਸ ਹੈ, ਕਿਉਂਕਿ ਅਸੀਂ ਗਲਤ ਦੇਖਿਆ ਹੋਵੇ, ਅਸੀਂ ਕੋਈ ਉਹਨਾਂ ਦੇ ਮੁਲਾਜ਼ਮ ਨਹੀਂ ਹਾਂ, ਕੋਈ ਉਹਨਾਂ ਤੋਂ ਤਨਖਾਹ ਨਹੀਂ ਲੈ ਰਹੇ। ਅਗਰ ਕੋਈ ਗਲਤ ਹੁੰਦਾ ਤਾਂ ਸਾਨੂੰ ਉਹਨਾਂ ਤੋਂ ਕੋਈ ਲਾਲਚ ਨਹੀਂ ਸੀ, ਅਸੀਂ ਗਲਤ ਨੂੰ ਗਲਤ ਕਹਿਣ ਦੇ। ਹੇ ਮਾਲਿਕ, ਐਸੀ ਹੀ ਮਿਹਰ ਬਣਾਏ ਰੱਖਣਾ, ਧੰਨ ਧੰਨ ਸਤਿਗੁਰੂ ਤੇਰਾ ਹੀ ਆ। ਜੀ ਬੇਟਾ, ਮਾਲਿਕ ਕੀ ਰੱਖਿਆ ਕਰਤੇ ਹੈ, ਬੇਟਾ ਸੰਭਾਲ ਕਰਤੇ ਹੈ, ਸੁਣ ਕਰਤੇ ਰਹੀਏ, ਬਚਨੋ ਪੇ ਰਹੋ ਆਸ਼ਵਾ ਬੇਟਾ। ਹਾਥ ਅਗਰ ਐਸੇ ਰਹਿਤਾ ਹੈ ਤੋ ਗੁੰਡੋ ਔਰ ਰਾਕਸ਼ਿਸ਼ੋਂ ਕੋ ਭਗਤ ਬਣਾ ਦੇਤਾ ਹੈ, ਔਰ ਅਗਰ ਹਾਥ ਐਸੇ ਹੋ ਜਾਤਾ ਹੈ ਤੋ ਰਾਕਸ਼ਸ ਵੀ ਤ੍ਰਾਹੀਮਾਨ ਤ੍ਰਾਹੀਮਾਨ ਕਰ ਉਸਤੇ। ਦ੍ਰਿੜ ਵਿਸ਼ਵਾਸ ਹੈ, ਜਾ ਕੇ ਜਿਵੇਂ ਪਬਲਿਕ ਕਹਿੰਦੇ ਕਿ ਬਾਬਾ ਜੀ ਦੇ ਰਾਜਨੀਤਿਕ ਰਸੂਖ ਬੜਾ ਹੈ, ਰਾਜਨੀਤਿਕ ਰਸੂਖ ਉਹਨਾਂ ਨੂੰ ਦੁਬਾਰਾ ਲਿਆਊਗਾ? ਦੇਖੋ, ਬਾਬਾ ਜੀ ਦਾ ਕਦੇ ਇੰਟਰਸਟ ਨਹੀਂ ਰਿਹਾ ਰਾਜਨੀਤੀ 'ਚ। ਇੱਕ ਰਾਜਨੀਤੀ ਵਿੰਗ ਜ਼ਰੂਰ ਸਾਧ ਸੰਗਤ ਨੇ ਬਣਾਈ ਸੀ, ਕਿਉਂਕਿ ਇੱਕ ਇਕੱਠ ਸੀਗਾ, ਤਾਂ ਉਹ ਆਪਦੇ ਕੰਮ ਕਰਵਾਉਣ ਵਾਸਤੇ ਉਹਨਾਂ ਨੇ ਇੱਕ ਸਿਸਟਮ ਬਣਾਇਆ ਸੀਗਾ, ਨਾ ਕਿ ਬਾਬਾ ਜੀ ਦਾ ਉਸ 'ਚ ਕੋਈ ਲੈਣਾ ਦੇਣਾ ਸੀਗਾ। ਬਾਬਾ ਜੀ ਨੇ ਕਦੇ ਨਹੀਂ ਕਿਹਾ ਵੀ ਆਪਾਂ ਕਿਸੇ ਪਾਰਟੀ ਦਾ ਆਪਾਂ ਵਿਰੋਧ ਕਰਨਾ ਜਾਂ ਕਿਸੇ ਦਾ ਆਪਾਂ, ਕਿਉਂਕਿ ਇਹ ਸਿਰਫ ਜਿਹੜਾ ਰਾਜਨੀਤੀ ਵਿੰਗ ਸੀਗਾ ਉਹ ਡਿਸਾਈਡ ਕਰਦਾ ਸੀਗਾ, ਉਹ ਵੀ ਸਾਧ ਸੰਗਤ ਨਾਲ ਵਿਚਾਰ ਵਿਮਰਸ਼ ਕਰਕੇ ਇੱਕ ਡਿਸੀਜਨ ਲੈਂਦਾ ਸੀਗਾ। ਜੇ ਹੁਣ ਦੀ ਗੱਲ ਕਰੀਏ, ਹੁਣ ਇੱਕ ਨਾਮ ਜਿਹੜਾ ਡੇਰੇ ਨੂੰ ਸੰਭਾਲ ਰਿਹਾ ਸੋਭਾ ਇਨਸਾਨ, ਉਹ ਨਾਮ ਹੁਣ ਸਾਹਮਣੇ ਆ ਰਿਹਾ ਜਦੋਂ ਇਹ ਸਾਰਾ ਵਿਵਾਦ ਹੋਇਆ ਉਸ ਵੇਲੇ ਬਪਾਸਾ ਸੀਗੇ, ਇਹ ਕੀ ਕਾਰਨ ਹੈ ਕਿ ਇਹਨਾਂ ਦੇ ਫੇਰਬਦਲ ਕਿਉਂ ਹੋਏ, ਅੱਗੇ ਪਿੱਛੇ ਕਿਉਂ ਹੋਏ? ਨਹੀਂ, ਫੇਰਬਦਲ ਨਹੀਂ ਹੋਇਆ, ਜਿਹੜੇ ਉਹਨਾਂ ਦਾ ਵਿਪਾਸ਼ਨਾ ਜੀ ਉਹਨਾਂ ਦਾ ਜਿਹੜਾ ਜੋ ਹੈ ਉਹਨਾਂ ਦੀ ਜੋ ਸਰੀਰਕ ਉਹਨਾਂ ਦੀ ਜੋ ਕੁਛ ਰੋਗ ਆ ਉਹਨਾਂ ਨੂੰ, ਉਸ ਕਾਰਨ ਉਹ ਥੋੜ੍ਹਾ ਜਿਹਾ ਪਿੱਛੇ ਹਟੇ ਹੈ, ਔਰ ਵਿਪਾਸ਼ਨਾ ਜੀ ਜਿਹੜੇ ਚੇਅਰਮੈਨ ਸੀਗੇ ਔਰ ਸ਼ੋਭਾ ਜੀ ਜਿਹੜੇ ਹੈ ਉਹ ਵਾਈਸ ਚੇਅਰਮੈਨ ਸੀ, ਤਾਂ ਇੱਕ ਉਸ ਵਜ੍ਹਾ ਕਰਕੇ ਉਹ ਥੋੜ੍ਹਾ ਜਿਹਾ ਪਿੱਛੇ ਹੈ, ਉਹ ਥੋੜ੍ਹਾ ਜਿਹਾ ਅੱਗੇ ਆ ਗਏ। ਕੋਈ ਐਸੀ ਫੇਰਬਦਲ ਵਾਲੀ ਤਾਂ ਕੋਈ ਗੱਲ ਨਹੀਂ ਇਸ 'ਚ, ਕੋਈ ਗੱਲ ਨਹੀਂ ਹੈਗੀ। ਅਤੇ ਅਦਿੱਤਿਆ ਇਨਸਾਨ ਸਪੋਕਸਪਰਸਨ ਵੀ ਰਹੇ ਨੇ, ਕਾਫੀ ਉਹਨਾਂ ਦਾ ਨਾਮ ਵੀ ਸੀਗਾ, ਉਹ ਹਾਲੇ ਤੱਕ ਵੀ ਮਾਣਯੋਗ ਅਦਾਲਤ ਦੇ ਸਾਹਮਣੇ ਨਹੀਂ ਆਏ, ਮਿਲਣ ਨਹੀਂ ਆਏ, ਪਰੰਤੂ ਉਹਨਾਂ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਬ੍ਰਦਰ ਹੀ ਚੰਡੀਗੜ੍ਹ ਤੋਂ ਪੱਤਰਕਾਰਾਂ ਦੇ ਰੂਬਰੂ ਹੋ ਕੇ
ਉਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਦੇ ਨਾਲ ਨਹੀਂ, ਉਹਨਾਂ ਨੇ ਜੋ ਕੀਤਾ ਠੀਕ ਨਹੀਂ ਕੀਤਾ ਹੈਗਾ, ਇਹਦੇ ਵਿੱਚ ਕਿੰਨਾ ਕੁ ਤੁਸੀਂ ਮਤਭੇਦ ਸਮਝਦੇ ਹੋ? ਦੇਖੋ ਜੀ, ਇਹ ਕਦੇ ਨਹੀਂ ਹੋ ਸਕਦਾ ਵੀ ਆਦਿਤਿਆ ਇੰਸਾਂ ਦਾ ਪਰਿਵਾਰ ਆਦਿਤਿਆ ਤੋਂ ਅਲੱਗ ਹੈ, ਉਹ ਸਾਰੇ ਇਕੱਠੇ ਹੈ, ਔਰ ਹੋ ਸਕਦਾ ਉਹਨਾਂ ਨੂੰ ਪਤਾ ਹੋਵੇ ਆਦਿਤਿਆ ਕਿੱਥੇ ਆ, ਔਰ ਅਸੀਂ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਹਾਂ ਕਿ ਉਹਨਾਂ ਦੇ ਉੱਤੇ ਅਗਰ ਮੁਕੱਦਮਾ ਦਰਜ ਹੈ ਤਾਂ ਉਹਨਾਂ ਨੂੰ ਕੋਰਟ ਦਾ ਸਨਮਾਨ ਕਰਕੇ ਖੁਦ ਪੇਸ਼ ਹੋਣਾ ਚਾਹੀਦਾ ਸੀਗਾ। ਬਾਬਾ ਜੀ ਪੇਸ਼ ਹੋ ਗਏ ਹੈ ਤਾਂ ਉਹ ਬਾਬਾ ਜੀ ਤੋਂ ਵੱਡੀ ਚੀਜ਼ ਤਾਂ ਹੋ ਨਹੀਂ ਸਕਦੇ, ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ ਤਾਂ ਕਿ ਇੱਕ ਅੱਛਾ ਸੰਦੇਸ਼ ਜਾਵੇ, ਅਦਾਲਤਾਂ ਨੂੰ ਵੀ ਪਤਾ ਲੱਗੇ ਵੀ ਡੇਰਾ ਪ੍ਰੇਮੀ ਜਿਹੜਾ ਨਿਆਂਪਾਲਿਕਾ ਦਾ ਸਨਮਾਨ ਕਰਦੇ ਹੈ, ਨਾ ਕਿ ਆਪਣਾ ਗਲਤ ਸੰਦੇਸ਼ ਜਾਵੇ। ਅੱਜ ਉਹ ਜੋ ਮਰਜ਼ੀ ਕਹਿੰਦੇ ਰਹਿਣ, ਕੱਲ੍ਹ ਤੱਕ ਉਹ ਸਾਰੀ ਫੈਮਿਲੀ ਡੇਰੇ 'ਚ ਆਉਂਦੀ ਸੀਗੀ, ਵਿਵਾਦ ਹੋਣ ਤੋਂ ਬਾਅਦ ਜੇ ਉਹ ਅੱਜ ਅਲੱਗ ਹੋ ਗਏ, ਹੁਣ ਉਹ ਸਿਰਫ ਆਪਦਾ ਪਿੱਛਾ ਛੁਡਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ ਹੈ ਵੀ ਅਸੀਂ ਜਿਹੜੇ ਆ ਨਾਲ ਨਹੀਂ ਹਾਂ ਜਾਂ ਐਸਾ ਕੁਛ ਨਹੀਂ ਹੈ। ਆਦਿਤਿਆ ਦਾ ਪਰਿਵਾਰ ਹੈ ਜਿਹੜਾ ਉਹ ਆਦਿਤਿਆ ਦੇ ਨਾਲ ਹੈ ਅੱਜ ਵੀ, ਔਰ ਹੋ ਸਕਦਾ ਉਹਨਾਂ ਨੂੰ ਪਤਾ ਵੀ ਹੋਵੇ, ਪਤਾ ਵੀ ਹੋਵੇ ਕਿੱਥੇ ਨੇ। ਹਾਂ ਬਿਲਕੁਲ ਬਿਲਕੁਲ, ਜੇਕਰ ਪਤਾ ਹੈ ਦੱਸਿਆ ਨਹੀਂ ਜਾ ਰਿਹਾ ਤਾਂ ਇਹਦਾ ਮਤਲਬ ਇਹ ਕਾਨੂੰਨ ਨਾਲ ਤਖੜੇਵਾਲ ਹੋ ਰਿਹਾ ਹੈ। ਬਿਲਕੁਲ, ਉਹਨਾਂ ਨੂੰ ਚਾਹੀਦਾ ਵੀ ਕਾਨੂੰਨ ਨੂੰ ਮੰਨਣ, ਕਾਨੂੰਨ ਦੀ ਇੱਜ਼ਤ ਕਰਨ, ਔਰ ਜੋ ਉਹਨਾਂ 'ਤੇ ਇਲਜ਼ਾਮ ਲੱਗੇ ਦੂਜੇ ਵੀ ਪੇਸ਼ ਹੋਏ ਹੈ ਉਹ ਵੀ ਪੇਸ਼ ਹੋ ਜਾਂਦੇ, ਉਹਨਾਂ ਤੋਂ ਪੁੱਛਗਿੱਛ ਹੋ ਜਾਂਦੀ, ਜੇ ਕਿਸੇ ਗੱਲ 'ਚ ਇਨਵੋਲਵ ਹੈ ਤਾਂ ਇਹਦਾ ਮਤਲਬ ਫਿਰ ਉਹ ਤਾਂ ਹੀ ਭੱਜ ਰਹੇ ਹੈ। ਤੁਹਾਡੇ ਮੁਤਾਬਕ ਜਿੰਨੇ ਵੀ ਪ੍ਰੇਮੀ ਹੈਗੇ ਨੇ ਬਾਬਾ ਜੀ ਤੋਂ ਵੱਡੇ ਨਹੀਂ ਹੈਗੇ? ਬਿਲਕੁਲ ਬਿਲਕੁਲ ਜੀ। ਅਤੇ ਜਦੋਂ ਇਹ ਸਾਰੀ ਗੱਲਬਾਤ ਹੁੰਦੀ ਹੈ ਇਹਦੇ ਵਿੱਚ ਹਨੀਪ੍ਰੀਤ ਦਾ ਨਾਮ ਜ਼ਰੂਰ ਆਉਂਦਾ, ਯਕੀਨਨ ਆਉਂਦਾ। ਹਨੀਪ੍ਰੀਤ ਦੀ ਗ੍ਰਿਫਤਾਰੀ ਕਿਸ ਤਰੀਕੇ ਨਾਲ ਹੋਈ, ਕਿੰਨੇ ਡਰਾਮੈਟਿਕ ਤਰੀਕੇ ਨਾਲ ਹੋਈ, ਸਾਰਿਆਂ ਨੂੰ ਪਤਾ ਹੈ। ਅਤੇ ਹਨੀਪ੍ਰੀਤ ਅਤੇ ਬਾਬੇ ਦੇ ਰਿਸ਼ਤੇ 'ਤੇ ਜਿੰਨੀਆਂ ਵੀ ਗੱਲਾਂ ਫੈਲੀਆਂ ਨੇ ਉਹ ਤੁਸੀਂ ਕਦੀ ਸੋਚੀਆਂ ਜਾਂ ਸੁਣੀਆਂ ਜਾਂ ਦੇਖੀਆਂ? ਨਹੀਂ, ਬਿਲਕੁਲ ਗਲਤ ਹੈ, ਬਿਲਕੁਲ ਝੂਠੇ ਆਰੋਪ ਹੈ। ਇੱਕ ਬਾਪ ਬੇਟੀ ਦੇ ਰਿਸ਼ਤੇ ਨੂੰ ਐਂ ਤਾਰ ਤਾਰ ਕਰਨਾ ਬਹੁਤ ਮੰਦਭਾਗੀ ਗੱਲ ਹੈ, ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ। ਬਿਲਕੁਲ ਇਹ ਸ਼ੋਭੀਆ, ਬਿਲਕੁਲ ਸ਼ੋਭਾ ਨਹੀਂ ਦਿੰਦੀ ਇਹ ਗੱਲ ਜੋ ਬਾਬਾ ਜੀ 'ਤੇ ਔਰ ਹਨੀਪ੍ਰੀਤ 'ਤੇ ਇਲਜ਼ਾਮ ਲੱਗੇ ਹੈ, ਬਿਲਕੁਲ ਅਸ਼ੋਭਨੀਆਂ ਗੱਲਾਂ ਔਰ ਬਿਲਕੁਲ ਕੋਰਾ ਝੂਠ ਹੈ। ਤੁਸੀਂ ਕਦੀ ਹਨੀਪ੍ਰੀਤ ਜੀ ਨਾਲ ਖੁਦ ਮਿਲੇ? ਹਾਂ ਬਿਲਕੁਲ ਮਿਲੇ ਹਾਂ ਜੀ। ਜੇ ਕਦੀ ਗੱਲਬਾਤ ਹੋਈ ਹੋਵੇ, ਕਿੱਦਾਂ ਦਾ ਸੁਭਾਅ ਸੀਗਾ, ਕਿੱਦਾਂ ਲੱਗਦਾ ਸੀਗਾ, ਕਿ ਜਿਹੜੇ ਇਹ ਆਰੋਪ ਨੇ ਇਹਨਾਂ 'ਚ ਕੋਈ ਸੱਚਾਈ ਕਦੀ ਝਾਂਕੀ ਸੀਗੀ? ਬਿਲਕੁਲ ਬੱਚੇ ਹੈ ਜੀ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਜੀ। ਉਹ ਤਾਂ ਇਸ ਮੈਟ, ਉਹ ਤਾਂ ਆਪ ਹੈਰਾਨ ਹੈ, ਸਾਰਾ ਪਰਿਵਾਰ ਵੀ ਬਾਬਾ ਜੀ ਦਾ ਔਰ ਹਨੀਪ੍ਰੀਤ ਵੀ, ਉਹਨਾਂ ਨੂੰ ਇਸ ਮੈਟਰ ਬਾਰੇ ਉਹ ਸੋਚ ਨਹੀਂ ਸਕਦੇ ਸੀ ਵੀ ਇਹੋ ਜਿਹੀਆਂ ਗੱਲਾਂ ਵੀ ਹੋ ਸਕਦੀਆਂ ਕਦੇ। ਇਹ ਸਾਰੇ ਜਦੋਂ ਬਾਬਾ ਜੀ ਦੀ ਗ੍ਰਿਫਤਾਰੀ ਹੋਈ ਉਸ ਵੇਲੇ ਇਹ ਕਿਆਸ ਵੀ ਲਗਾਏ ਜਾ ਰਹੇ ਸੀਗੇ ਕਿ ਬਾਬਾ ਜੀ ਦੀ ਗੱਦੀ 'ਤੇ ਹੁਣ ਉਹਨਾਂ ਦੇ ਬੇਟੇ ਬੈਠਣਗੇ, ਉਹ ਨਹੀਂ ਬੈਠੇ, ਕੀ ਕਾਰਨ ਰਹੇ? ਨਹੀਂ, ਇਹੋ ਜਿਹਾ ਤਾਂ ਇਹ ਆਮ ਲੋਕਾਂ ਦੇ ਕਿਆਸ ਹੋ ਸਕਦੇ ਆ ਜੀ, ਸਾਧ ਸੰਗਤ ਦਾ ਇਹੋ ਜਿਹਾ ਕੋਈ ਕਿਆਸ ਨਹੀਂ ਸੀਗਾ, ਨਾ ਸਾਧ ਸੰਗਤ ਸੋਚੇ, ਕਿਉਂਕਿ ਬਾਬਾ ਜੀ ਹੈ, ਮੌਜੂਦਾ ਹੈ। ਹਾਂ, ਉਹ ਆ ਕੇ ਕੋਈ ਬਾਹਰ ਡਿਸੀਜਨ ਲੈਂਦੇ ਹੈ ਜਾਂ ਆਦੇਸ਼ ਕਰਦੇ ਆ, ਉਹ ਗੱਲ ਵੱਖਰੀ ਹੈ। ਅਤੇ ਤੁਹਾਨੂੰ ਲੱਗਦਾ ਕਿ ਬਾਬਾ ਜੀ ਨੇ ਪੈਰੋਲ ਵਾਸਤੇ ਜਿਵੇਂ ਕਿ ਅਪੀਲ ਕੀਤੀ ਗਈ ਬਾਬਾ ਜੀ ਵੱਲੋਂ, ਅਤੇ ਹੁਣ ਹਨੀਪ੍ਰੀਤ ਦੀ ਵੀ ਪੈਰੋਲ ਦੀ ਅਪੀਲ ਹੋਏਗੀ? ਦੇਖੋ ਜੀ, ਇਹ ਅਲੱਗ ਮੈਟਰ ਹੈ, ਲੇਕਿਨ ਬਾਬਾ ਜੀ ਦਾ ਇੱਕ ਅਧਿਕਾਰ ਬੰਦ ਹੈ, ਕਿਉਂਕਿ ਉਹਨਾਂ ਨੂੰ ਇੱਕ ਸਮੇਂ ਆਪਦੀ ਹੋ ਚੁੱਕੀ ਹੈ, ਖੇਤੀਬਾੜੀ 'ਚ ਬੜੀ ਰੁਚੀ ਹੈ, ਅਤੇ ਉਹਨਾਂ ਦਾ ਅਧਿਕਾਰ ਬਣਦਾ ਕਿ ਉਹ ਆਪਦੀ ਉਸ ਅਧਿਕਾਰ ਦੀ ਮੰਗ ਰੱਖ ਸਕਦੇ ਹੈ। ਦੇਣਾ ਨਾ ਦੇਣਾ ਇਹ ਕੋਰਟ ਦੇ ਨਿਆਂਪਾਲਿਕਾ ਦੇ ਅਧੀਨ ਹੈ ਜੀ। ਸੋ ਸੂਰਿਆ ਜੀ, ਇੱਕ ਗੱਲ ਦੱਸੋ, ਪੈਰੋਲ ਦੀ ਗੱਲ ਹੋ ਰਹੀ ਹੈ ਬਾਬਾ ਜੀ ਦੇ, ਉਸ ਪੈਰੋਲ ਦੇ ਖਿਲਾਫ ਪੂਰੇ ਜਿਹੜੇ ਭਾਰਤੀ ਨੇ ਉਹ ਹੋ ਰਹੇ ਨੇ ਕਿ ਇਹ ਕੀ ਹੈ, ਜਿੱਦਾਂ ਦੇ ਆਰੋਪ ਲੱਗੇ ਨੇ, ਪੈਰੋਲ ਨਹੀਂ ਹੋਣੀ ਚਾਹੀਦੀ ਹੈਗੀ, ਹਾਲੇ ਪੈਰੋਲ ਦੇ ਵਿੱਚ ਕਾਫੀ ਵਿਘਨ ਵੀ ਆ ਰਹੇ ਨੇ ਜੇ ਕਈ ਗੱਲ ਕੀਤੀ ਜਾਵੇ। ਪੰਜਾਬ ਦੇ ਵਿੱਚ ਸਾਬਕਾ ਡਿਪਟੀ CM ਰਹਿ ਚੁੱਕੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਗਰ ਬਾਬੇ ਨੂੰ ਪੈਰੋਲ ਮਿਲ ਜਾਂਦੇ ਤਾਂ ਪੰਜਾਬ 'ਚ ਵੜਨ ਨਹੀਂ ਦੇਵਾਂਗੇ।
ਦੇਖੋ ਬੜੀ ਆਸਿਆਵਦ ਗੱਲ ਹੈ, ਉਹ ਆਪ ਆਸ਼ੀਅਤ ਹੈ, ਉਹ ਕਿਸੇ ਨੂੰ ਕਿਵੇਂ ਰੋਕ ਸਕਦੇ ਹੈ। ਔਰ ਜੇ ਆਮ ਜਨਤਾ ਇਹ ਕਹਿੰਦੀ ਹੈ ਕਿ ਸਾਡਾ ਨਿਆਂਪਾਲਿਕਾ 'ਚ ਸਾਡਾ ਯਕੀਨ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਵਾਸਤੇ ਇਹ ਵਾਜਿਬ ਹੈ ਕਿ ਉਹ ਪਰੋਲ ਦਾ ਵਿਰੋਧ ਕਰਨ, ਕਿਉਂਕਿ ਨਿਆਂਪਾਲਿਕਾ ਗਲਤ ਕਰ ਹੀ ਨਹੀਂ ਸਕਦੀ। ਜੇ ਅਗਰ ਕਾਨੂੰਨੀ ਤਰੀਕੇ ਨਾਲ ਨਿਆਂਪਾਲਿਕਾ ਬਾਬਾ ਜੀ ਨੂੰ ਪਰੋਲ ਦਿੰਦੀ ਹੈ, ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਉਸ ਦਾ ਵਿਰੋਧ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਸਜ਼ਾ ਹੋਈ ਸੀ ਜਦੋਂ, ਉਦੋਂ ਆਪਾਂ ਉਸ ਗੱਲ 'ਤੇ ਖੁਸ਼ ਹੋ ਸਕਦੇ ਹਾਂ, ਤਾਂ ਪਰੋਲ 'ਤੇ ਆਪਾਂ ਨੂੰ ਕਿਸ ਗੱਲ ਦੀ ਨਾਰਾਜ਼ਗੀ ਹੈ? ਉਹਨਾਂ ਦੀ ਅਧਿਕਾਰ ਹੈ, ਉਹਨਾਂ ਦਾ ਇਹ ਅਧਿਕਾਰ ਹੈ ਉਹਨਾਂ ਦਾ। ਲੇਕਿਨ ਇੰਨੇ ਹੀ ਸੁਖਬੀਰ ਸਿੰਘ ਬਾਦਲ ਦੇ ਉੱਪਰ ਇਹ ਵੀ ਆਰੋਪ ਹੈ ਕਿ ਬਾਬਾ ਜੀ ਨੂੰ ਜਿਹੜੇ ਮਾਫ਼ੀਨਾਮਾ ਇਹਨਾਂ ਵੱਲੋਂ ਦਵਾਇਆ ਗਿਆ ਸੀ। ਬਿਲਕੁਲ, ਸੁਖਬੀਰ ਬਾਦਲ ਜੀ ਅੱਜ ਜੋ ਗੱਲਾਂ ਕਰ ਰਹੇ ਆ, ਮੈਨੂੰ ਨਹੀਂ ਲੱਗਦਾ ਵੀ ਉਹ ਆਪਦੇ ਸਹੀ ਦਿਮਾਗ ਤੋਂ ਕੰਮ ਲੈ ਰਹੇ ਆ, ਕਿਉਂਕਿ ਉਹਨਾਂ ਨੂੰ ਪੰਜਾਬ 'ਚ ਵੜਨ ਦੇਣ ਦਾ, ਕਿਸੇ ਟਾਈਮ ਤਾਂ ਉਹ ਬਾਬਾ ਜੀ ਦੇ ਨਾਲ ਹੁੰਦੇ ਆ, ਕਿਸੇ ਟਾਈਮ ਉਹ ਬਾਬਾ ਜੀ ਦੇ ਵਿਰੋਧੀ ਹੁੰਦੇ ਆ। ਮੈਨੂੰ ਉਹਨਾਂ ਦਾ ਕੋਈ ਸਟੈਂਡ ਹੀ ਨਹੀਂ ਲੱਗ ਰਿਹਾ, ਕੋਈ ਸਟੈਂਡ 'ਤੇ ਹੈ ਹੀ ਨਹੀਂ ਸੁਖਬੀਰ ਬਾਦਲ ਜੀ। ਤੁਸੀਂ ਡੇਰਾ ਪ੍ਰੇਮੀ ਹੋਣ ਨਾਤੇ ਤੁਸੀਂ ਬੜੇ ਲੰਬੇ ਸਮੇਂ ਤੋਂ ਜੁੜੇ ਹੋ, ਪੂਰੇ ਪੰਜਾਬ ਕਿ ਪੂਰੇ ਵਿਸ਼ਵ ਵਿੱਚ ਵਸਣ ਵਾਲੇ ਭਾਰਤੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਬਾਬਾ ਜੀ ਰਾਹੀਂ ਜਾਂ ਆਪਣੇ ਮਨ ਰਾਹੀਂ? ਮੈਂ ਸਾਰੇ ਭੈਣ ਭਰਾਵਾਂ ਨੂੰ ਇੱਕੋ ਗੱਲ ਹੀ ਕਹਿਣਾ ਚਾਹੂੰਗਾ ਕਿ ਠੰਡੇ ਦਿਮਾਗ ਨਾਲ ਔਰ ਬਿਨਾਂ ਕਿਸੇ ਲਾਗ ਡਾਟ ਤੋਂ ਇਹ ਸੋਚੋ ਕਿ ਜੋ ਬਾਬਾ ਇੰਨੇ ਭਲਾਈ ਦੇ ਕੰਮ ਜੋ ਆਪਾਂ ਸੋਚ ਨਹੀਂ ਸਕਦੇ, ਜਿਨ੍ਹਾਂ ਨੇ ਸੈਂਕੜੋ ਵਰਲਡ ਰਿਕਾਰਡ ਬਣਾਏ ਹੋਣ, ਉਹ ਗਲਤ ਨਹੀਂ ਹੋ ਸਕਦੇ ਕਦੇ ਵੀ। ਕਿਸੇ ਦੇ ਪਿੱਛੇ ਨਾ ਲੱਗੋ, ਕਿਸੇ ਨੂੰ, ਠੀਕ ਹੈ ਹਰੇਕ ਦਾ ਆਪਦਾ ਧਰਮ ਹੈ, ਲੇਕਿਨ ਉਸ ਚੀਜ਼ ਨੂੰ ਮਨ 'ਚ ਨਾ ਲਿਆਓ, ਉਹਨਾਂ ਦੇ ਅੱਛੇ ਕੰਮਾਂ ਨੂੰ ਵੇਖੋ। ਅਤੇ ਤੁਸੀਂ ਸਨਮਾਨ ਨਹੀਂ ਕਰ ਸਕਦੇ ਤਾਂ ਤੁਸੀਂ ਉਹਨਾਂ ਬਾਰੇ ਅਪਸ਼ਬਦ ਵੀ ਨਾ ਕਹੋ, ਇਹੀ ਮੇਰੀ ਬੇਨਤੀ ਹੈ। ਸੋ ਹਰਪਾਲ ਸੂਰਿਆ ਜੀ, ਜੋ ਕਿ ਪਿਛਲੇ ਲੰਮੇ ਸਮੇਂ ਤੋਂ 47 ਸਾਲ ਦੀ ਇਹਨਾਂ ਦੀ ਉਮਰ ਹੋ ਗਈ, ਬਚਪਨ ਤੋਂ ਹੀ ਇਹਨਾਂ ਦਾ ਕਹਿਣਾ ਕਿ ਅਸੀਂ ਡੇਰੇ ਨਾਲ ਜੁੜੇ ਹੋਏ ਹਾਂ, ਅਤੇ ਉਹਨਾਂ ਨੇ ਜੋ ਗੱਲਬਾਤ ਕੀਤੀ ਤੁਸੀਂ ਸਭ ਨੇ ਸੁਣੀ ਹੈ, ਹਲੇ ਵੀ ਡੇਰਾ ਪ੍ਰੇਮੀਆਂ ਦਾ ਜਿਹੜਾ ਵਿਸ਼ਵਾਸ ਹੈ ਉਹ ਬਾਬਾ ਰਾਮ ਰਹੀਮ ਵਿੱਚ ਅਟੁੱਟ ਹੈ, ਅਤੇ ਉਹਨਾਂ ਦਾ ਕਹਿਣਾ ਕਿ ਪੇਰੋਲ ਲੈ ਕੇ ਬਾਬਾ ਬਾਹਰ ਆਊਗਾ ਅਤੇ ਦੁਬਾਰਾ ਖੇਤੀਬਾੜੀ ਕਰੂਗਾ, ਆਪਣੇ ਕੰਮਕਾਰ ਦੁਬਾਰਾ ਦੇਖਣਗੇ। 42 ਦਿਨਾਂ ਦੇ ਪੇਰੋਲ ਵਾਸਤੇ ਬਾਬਾ ਜੀ ਦੇ ਪੱਖ ਤੋਂ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੂੰ ਪੇਰੋਲ ਦਿੱਤੀ ਜਾਵੇ, ਅਤੇ ਸਾਰੇ ਮਾਮਲੇ ਦੇ ਉੱਪਰ ਗੱਲਬਾਤ ਕੀਤੀ ਹੈ, ਚਾਹੇ ਮਹਿੰਦਰ ਸਿੰਘ ਬਿੱਟੂ ਦੀ ਮੌਤ ਦੀ ਗੱਲ ਹੋਵੇ, ਅਤੇ ਚਾਹੇ ਡੇਰੇ ਦੇ ਵਿੱਚ ਕਿਸ ਕਿਸ ਤਰ੍ਹਾਂ ਦੀ ਗਤੀਵਿਧੀਆਂ ਹੋਈਆਂ, ਹਨੀਪ੍ਰੀਤ ਦੀ ਗੱਲ ਹੋਵੇ, ਉਹ ਸਭ ਕੁਛ ਅਦਿੱਤੇ ਇਨਸਾਨ ਕਿੱਥੇ ਨੇ ਹਾਲੇ ਤੱਕ ਨਹੀਂ ਪਤਾ, ਇਹ ਵੀ ਇੱਕ ਰਹੱਸਿਆ ਬਣਿਆ ਹੋਇਆ। ਹਾਲਾਂਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਕੈਮਰੇ ਅੱਗੇ ਆ ਕੇ ਕੁਛ ਹੋਰ ਹੀ ਰਾਗ ਲਾਭਦੇ ਨੇ। ਸੋ ਆਪਣਾ ਪੰਜਾਬ NRI TV ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ, ਵਿਦੇਸ਼ ਵਿੱਚ ਵੱਸਦੇ ਹੋਏ ਸਾਰੇ ਪੰਜਾਬੀਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗੇ ਕਿ ਅਗਰ ਤੁਹਾਡੇ ਕੋਲ ਕੋਈ ਵੀ ਖਬਰ ਹੈ ਜਾਂ ਕਿਸੇ ਵੀ ਵਿਸ਼ੇ ਉੱਪਰ ਤੁਸੀਂ ਚਰਚਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸੇ ਤਰ੍ਹਾਂ ਦੇਖਦੇ ਰਹੋ ਆਪਣਾ ਪੰਜਾਬ NRI TV। ਕਿਸੇ ਹੋਰ ਵਿਸ਼ੇਸ਼ ਚਰਚਾ ਨੂੰ ਲੈ ਕੇ ਹਾਜ਼ਰ ਹੋਵਾਂਗਾ। ਹੁਣ ਮੈਨੂੰ ਕਿਰਨ ਵਸ਼ਿਸ਼ਠ ਜੀ ਅਤੇ ਅੱਜ ਸਾਡੇ ਮੁੱਖ ਜਿਹੜੇ ਗੈਸਟ ਹੈਗੇ ਨੇ ਹਰਪਾਲ ਸੂਰਿਆ ਜੀ, ਉਹਨਾਂ ਨੂੰ ਦਿਓ ਇਜਾਜ਼ਤ।